हमो अवगुण परे एक गुण नाही अमृत शाड़ बिखै बेखो खाई माया मोह परम पै पूले सुत दारा स्यों प्रीत लगाई एक उत्तम पंथ सुनयो गुर संगत तेह मलंत जम त्रास मिटाई एक अरदास पाठ कीरत की गुर रामदास राखो सरनाई एक अरदास पाठ कीरत की गुर रामदास राखो सरनाई सुखाओ टल गुर सेवियन सुसहज सुभाए दर्शन परस जन्म मरण दुख होवे सिफत खसम नूरे अरसों कुरसों तुद डिठे सचे पातशाह मल जन्म जन्म दी तुद डिठे सचे पातशाह मल जन्म जन्म दी कटिया सतनाम श्री वाहेगुरु साहिब जीओ राम कली महला चौथा सतगुर दया करो हर मेलो मेरे प्रीतम प्राण हर राया हम चेरी होए लगे गुर चरणी जिन हर प्रभ मार्ग पंथ दिखाया राम मैं हर हर नाम मन पाया मैं हर बिन अवर न कोई बेली मेरा पिता माता हर सिखाया सतगुर दया करो हर मेलो मेरे प्रीतम प्राण हर राया वाहिगुरु जी का खालसा वाहिगुरु जी की फतेह। धन धन सतगुरु श्री गुरु ग्रंथ साहिब महाराज साहब जीयां ने महान कृपा करदियां होयां ये अमृत वेले पातशाह जी सतसंगत सानू बख्शिश कर रहे हैं। वडभागी गुरमुख जान सतगुरां दी बाणी सरवण करके मनुखा जन्म दे मिले समय नू सफला बना रहे हैं। आओ मन दे ध्यान नूं टकाइए भावना दे नाल सतगुरां दी अमृत बाणी सरवण करिए मिलके आखिए सतनाम श्री वाहिगुरु साहिब जी सतनाम श्री वाहिगुरु साहिब जीओ राम कली महला चौथा चौथे पातशाह साहिब गुरु रामदास महाराज साहिब जी राम कली राग दे अंदर ए शब्द जो है वो पातशाह बख्शिश कर रहे ने
ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਇਹ 18ਵਾਂ ਰਾਗ ਹੈ ਜੋ ਮਹਾਰਾਜ ਸਾਹਿਬ ਜੀ ਨੇ ਅੰਕਿਤ ਕੀਤਾ ਹੈ। ਰਾਮਕਲੀ ਇਸ ਦਾ ਨਾਮ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਸਤਿਗੁਰ ਦਇਆ ਕਰੋ ਹਰ ਮੇਲੋ। ਸਤਿਗੁਰੂ ਜੀ ਸਾਡੇ 'ਤੇ ਕਿਰਪਾ ਕਰੋ, ਕਿਰਪਾ ਕਰੋ। ਸਤਿਗੁਰਾਂ ਨੇ ਪੁੱਛਿਆ ਸਿੱਖਾਂ ਕਿਸ ਤਰ੍ਹਾਂ ਦੀ ਕਿਰਪਾ ਚਾਹੀਦੀ ਹੈ, ਅਤੇ ਸਿੱਖ ਅੱਗੋਂ ਬੇਨਤੀ ਕਰਦਾ ਹਰ ਮੇਲੋ ਮੈਨੂੰ ਹਰੀ ਪਰਮਾਤਮਾ ਨਾਲ ਮਿਲਾ ਦਿਓ, ਮੈਨੂੰ ਇਹ ਕਿਰਪਾ ਚਾਹੀਦੀ ਹੈ। ਵੱਡਾ ਭਾਗ ਵੱਡਾ ਕਰਮ ਖੁੱਲ੍ਹ ਜਾਵੇ ਅਤੇ ਸਤਿਗੁਰੂ ਕਿਤੇ ਪੁੱਛਣ ਲੱਗ ਪੈਣ ਵੀ ਕੀ ਚਾਹੀਦਾ, ਅਤੇ ਸੰਸਾਰ ਦੇ ਪਦਾਰਥ ਨਾ ਮੰਗ ਬੈਠੀ ਵੀ ਸੰਸਾਰ ਦੀਆਂ ਵਸਤੂਆਂ ਦੇ ਦਿਓ, ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਜੋ ਵੀ ਮੰਗਾਂਗੇ ਨਾ ਉਹ ਸਦਾ ਨਹੀਂ ਰਹਿਣਾ। ਸਦਾ ਰਹਿਣ ਵਾਲੀ ਨਾ ਇਹ ਦੁਨੀਆ ਨਾ ਇਹ ਸੰਸਾਰ ਹੈ, ਫਿਰ ਉਹ ਚੀਜ਼ ਕਿਉਂ ਮੰਗਣੀ ਹੈ ਜਿਹੜੀ ਸਦਾ ਨਹੀਂ ਰਹਿਣ ਵਾਲੀ। ਦੁਨੀਆ ਦੀ ਕੋਈ ਵੀ ਵਸਤੂ ਮੰਗ ਕੇ ਵੇਖ ਲਵੋ, ਜਦੋਂ ਮੰਗੋਗੇ ਉਹਦੇ ਨਾਲ ਇਹ ਵੀ ਹੋਵੇਗਾ ਵੀ ਅੱਜ ਨਹੀਂ ਅਤੇ ਕੱਲ੍ਹ ਮੇਰੇ ਕੋਲ ਰਹਿਣੀ ਨਹੀਂ। ਪਰ ਮਹਾਰਾਜ ਕਹਿਣ ਲੱਗੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ। ਇੱਕ ਨਾਮ ਇਸ ਤਰ੍ਹਾਂ ਦਾ ਹੈ, ਇੱਕ ਪਰਮਾਤਮਾ ਇਸ ਤਰ੍ਹਾਂ ਦਾ ਹੈ ਜਿਹੜਾ ਕਦੇ ਜਾਂਦਾ ਨਹੀਂ, ਹਮੇਸ਼ਾ ਵਾਸਤੇ ਹੀ ਮਿਲ ਜਾਂਦਾ, ਸਦਾ ਵਾਸਤੇ ਮਿਲ ਜਾਂਦਾ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ ਪੈ, ਕਹਿਣ ਲੱਗੇ ਸਤਿਗੁਰ ਦਇਆ ਕਰੋ, ਸਤਿਗੁਰੂ ਮੇਰੇ 'ਤੇ ਦਇਆ ਕਰੋ, ਕਿਰਪਾ ਕਰੋ। ਪੁੱਛਿਆ ਗੁਰਾਂ ਨੇ ਕਿਰਪਾ ਕਿਸ ਤਰ੍ਹਾਂ ਦੀ ਹੈ, ਕਹਿਣ ਲੱਗੇ ਹਰ ਮੇਲੋ ਮੈਨੂੰ ਪਰਮਾਤਮਾ ਨਾਲ ਮਿਲਾ ਦਿਓ, ਇਹ ਮੇਰੇ 'ਤੇ ਕਿਰਪਾ ਕਰਨੀ ਕਰੋ। ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਕਿਉਂਕਿ ਉਹ ਜਿਹੜਾ ਹਰੀ ਹੈ ਨਾ ਪਰਮਾਤਮਾ, ਰਾਇਆ ਕਹੀਏ ਰਾਜਾ ਹੈ, ਤੁਮ ਹੋ ਸਭ ਰਾਜਨ ਕੇ, ਉਹ ਵੱਡਾ ਰਾਜਾ ਹੈ ਹਰੀ ਪਰਮਾਤਮਾ, ਅਤੇ ਉਹ ਮੇਰੇ ਪ੍ਰਾਣਾਂ ਦਾ ਪ੍ਰੀਤਮ ਹੈ। ਜਿਵੇਂ ਆਪਾਂ ਆਖਦੇ ਨਾ ਮੇਰੀ ਤਾਂ ਜਾਨ ਇਸ ਵਿੱਚ ਵਸੀ ਹੋਈ ਹੈ, ਇਹਦੇ ਬਿਨਾਂ ਤਾਂ ਜਾਨ ਮੇਰੀ ਨਿਕਲ ਜਾਏਗੀ। ਸਤਿਗੁਰੂ ਕਹਿਣ ਲੱਗੇ ਜਿਹੜੇ ਮੇਰੇ ਪ੍ਰਾਣ ਨੇ ਨਾ, ਮੇਰੀ ਜਿੰਦ ਹੈ, ਉਹ ਪਰਮਾਤਮਾ ਹੀ ਹੈ, ਇੰਨਾ ਪਿਆਰਾ ਲੱਗਦਾ ਵੀ ਉਹਦੇ ਬਿਨਾਂ ਮੈਂ ਰਹਿ ਨਹੀਂ ਸਕਦਾ, ਇਸ ਕਰਕੇ ਕਿਰਪਾ ਕਰਕੇ ਉਸਦੇ ਨਾਲ ਮਿਲਣਾ ਕਰੋ। ਹਮ ਚੇਰੀ ਹੋਏ ਲੱਗਾ ਗੁਰ ਚਰਨੀ, ਮੈਂ ਚੇਰੀ ਹੋ ਕੇ, ਚੇਰੀ ਕਹੀਏ ਦਾਸੀ ਬਣ ਕੇ, ਸੇਵਕ ਬਣ ਕੇ ਗੁਰਾਂ ਦੇ ਚਰਨਾਂ ਨਾਲ ਲੱਗਦੀ ਹਾਂ। ਜੋ ਸਤਿਗੁਰਾਂ ਦੇ ਚਰਨ ਨੇ ਨਾ, ਉਹਨਾਂ ਚਰਨਾਂ ਨਾਲ ਮੈਂ ਦਾਸ ਬਣ ਕੇ, ਸੇਵਕ ਬਣ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲੱਗਦਾ ਹਾਂ। ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ, ਜਿਨ੍ਹਾਂ ਸਤਿਗੁਰਾਂ ਨੇ ਕਿਰਪਾ ਕਰਕੇ, ਜੋ ਹਰੀ ਪਰਮਾਤਮਾ ਹੈ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਦਾ। ਅਤੇ ਗੁਰਮੁਖੋ ਮਾਰਗ ਪੰਥ ਇੱਥੇ ਦੋ ਸ਼ਬਦ ਆਏ ਨੇ, ਅਤੇ ਦੋਨਾਂ ਸ਼ਬਦਾਂ ਦਾ ਅਰਥ ਇੱਕੋ ਹੀ ਹੁੰਦਾ, ਰਸਤਾ। ਪਰ ਵਿਦਵਾਨ ਕੀ ਕਰਦੇ, ਜਦੋਂ ਦੋ ਸ਼ਬਦ ਇੱਕੋ ਜਿਹੇ ਆ ਜਾਣ ਉਹਨਾਂ ਦਾ ਫਿਰ ਅਰਥ ਬਦਲ ਦਿੰਦੇ। ਜਿਵੇਂ ਮਾਰਗ ਦਾ ਅਰਥ ਕੀਤਾ ਰਸਤਾ, ਹੁਣ ਪੰਥ ਸ਼ਬਦ ਹੈ, ਪੰਥ ਦਾ ਅਰਥ ਵੀ ਰਸਤਾ ਹੀ ਬਣਦਾ ਹੈ। ਪਰ ਇੱਥੇ ਪੰਥ ਦਾ ਅਰਥ ਦੂਜਾ ਅਰਥ ਇਹ ਕਰ ਦਿੱਤਾ ਹੈ ਕਿ ਖੁੱਲ੍ਹਾ ਰਸਤਾ। ਮਹਾਰਾਜ ਦੀਆਂ ਨੇ ਪਰਮਾਤਮਾ ਦੀ ਪ੍ਰਾਪਤੀ ਦਾ ਮੈਨੂੰ ਖੁੱਲ੍ਹਾ ਰਸਤਾ ਦੇ ਦਿੱਤਾ, ਜਿਹਦੇ ਵਿੱਚ ਆਉਣ ਜਾਣ ਲੱਗਿਆ ਪ੍ਰਾਪਤੀ ਵਾਸਤੇ ਕੋਈ ਰੁਕਾਵਟ ਨਾ ਹੋਵੇ। ਇਸ ਤਰ੍ਹਾਂ ਦਾ ਖੁੱਲ੍ਹਾ ਰਸਤਾ ਮਹਾਰਾਜ ਨੇ ਬਖਸ਼ਿਆ ਹੈ ਕਿਰਪਾ ਕਰਕੇ। ਫਿਰ ਫਰਮਾਉਂਦੇ ਹਨ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ, ਜਿਨ੍ਹਾਂ ਸਤਿਗੁਰਾਂ ਨੇ ਰਸਤਿਆਂ ਦੇ ਵਿੱਚੋਂ ਰਸਤਾ ਕੀ ਪਰਮਾਤਮਾ ਦੀ ਭਗਤੀ ਰੂਪੀ ਰਸਤਾ ਵਿਖਾਇਆ। ਰਸਤੇ ਤਾਂ ਕਈ ਨੇ, ਪਰ ਉਹਨਾਂ ਕਈ ਰਸਤਿਆਂ ਵਿੱਚੋਂ ਸਤਿਗੁਰਾਂ ਨੇ ਸਾਨੂੰ ਭਗਤੀ ਯੋਗ ਦੱਸਿਆ ਹੈ, ਭਗਤੀ ਯੋਗ, ਭਗਤੀ ਕਰਨੀ, ਭਗਤੀ ਵਾਲਾ ਰਸਤਾ ਦੱਸਿਆ ਮਹਾਰਾਜ। ਪਾਤਸ਼ਾਹ ਕਹਿਣ ਲੱਗੇ ਜਿਨ ਹਰ ਪ੍ਰਭ ਮਾਰਗ ਪੰਥ ਬਤਾਇਆ, ਜਿਨ੍ਹਾਂ ਸਤਿਗੁਰਾਂ ਨੇ ਕਿਰਪਾ ਕਰਕੇ, ਪੰਥ ਕਹੀਏ ਰਸਤੇ 'ਤੇ ਬੜੇ ਨੇ, ਪਰ ਉਹਨਾਂ ਬਹੁਤੇ ਰਸਤਿਆਂ ਵਿੱਚੋਂ ਕੋਈ ਯੋਗ ਕਰਦਾ, ਕੋਈ ਸਾਧਨਾ ਕਰਦਾ, ਕੋਈ ਜਪ ਕਰਦਾ, ਕੋਈ ਤਪ ਕਰਦਾ, ਇਹ ਸਾਰੇ ਰਸਤੇ 'ਤੇ ਹੈ ਜੇ ਰੱਬ ਨੂੰ ਮਿਲਣ ਵਾਸਤੇ। ਪਰ ਇਹਨਾਂ ਸਾਰੇ ਰਸਤਿਆਂ ਵਿੱਚੋਂ ਗੁਰੂ ਨੇ ਕਿਰਪਾ ਕਰਕੇ ਸਾਨੂੰ ਜਿਹੜਾ ਮਾਰਗ ਦੱਸਿਆ ਉਹ ਭਗਤੀ ਦਾ ਦੱਸਿਆ ਹੈ। ਭਗਤੀ ਦਾ ਮਾਰਗ ਪਾਤਸ਼ਾਹ ਨੇ ਦੱਸ ਕੇ
ਇਹ ਫਿਰ ਰਸਤਾ ਮਹਾਰਾਜ ਨੇ ਬਣਾ ਦਿੱਤਾ ਹੈ। ਇਸ ਕਰਕੇ ਹਮ ਹੈ ਚੇਰੀ, ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਕਿ ਹਮ ਚੇਰੀ ਹੋਏ ਲੱਗ ਹੈ ਗੁਰ ਚਰਨੇ। ਇਸ ਕਰਕੇ ਗੁਰਾਂ ਦੇ ਚਰਨਾਂ ਦੇ ਉੱਪਰ ਚੇਲੇ ਸੇਵਕ ਬਣ ਕੇ ਲੱਗਦੇ ਹਾਂ। ਰਾਮ ਮੈਂ ਹਰ ਹਰ ਨਾਮ ਮਨ ਪਾਇਆ। ਰਾਮ ਸਰੂਪ ਸਤਿਗੁਰੂ ਹਨ, ਕਿਉਂਕਿ ਗੁਰੂ ਦਾ ਤੇ ਰਾਮ ਦਾ ਕੋਈ ਫਰਕ ਨਹੀਂ ਹੈ। ਗੁਰੂ ਹੀ ਰਾਮ ਹੈ, ਰਾਮ ਹੀ ਗੁਰੂ ਹੈ। ਰਾਮ ਕੌਣ ਹੈ? ਪਰਮੇਸ਼ਰ। ਅਤੇ ਸਤਿਗੁਰੂ ਇੱਥੇ ਬੇਨਤੀ ਕਰਨ ਦੀ ਜਾਚ ਦੱਸਦੇ, ਕਹਿਣ ਲੱਗੇ ਹੈ ਰਾਮ ਸਰੂਪ ਸਤਿਗੁਰੂ, ਮੇਰੇ ਮਨ ਵਿੱਚ ਹਰ ਹਰ ਪਰਮੇਸ਼ਰ ਦਾ ਨਾਮ ਜਪਣਾ ਪਾਇਆ ਹੈ, ਚੰਗਾ ਲੱਗਾ ਹੈ। ਮੇਰਾ ਮਨ ਕਰਦਾ ਹੈ ਕਿ ਮੈਂ ਇਸ ਨਾਮ ਨੂੰ ਜਪਦਾ ਰਵਾਂ, ਇੰਨਾ ਮੈਨੂੰ ਚੰਗਾ ਲੱਗਿਆ ਹੈ। ਹਰ ਬਿਨ ਅਵਰ ਨਾ ਕੋਈ ਬੇਲੀ। ਸਤਿਗੁਰੂ ਜੀ, ਮੇਰਾ ਪਰਮਾਤਮਾ ਤੋਂ ਬਿਨਾਂ, ਹਰੀ ਤੋਂ ਬਿਨਾਂ, ਅਕਾਲ ਪੁਰਖ ਤੋਂ ਬਿਨਾਂ ਕੋਈ ਬੇਲੀ ਹੈ ਹੀ ਨਹੀਂ, ਮਿੱਤਰ ਕੋਈ ਨਹੀਂ ਹੈ। ਮਿੱਤਰ ਘਨੇਰੇ ਕਰ ਥੱਕੀ, ਦੁਨੀਆਂ ਵਿੱਚ ਮਿੱਤਰ ਤਾਂ ਬੜੇ ਬਣਾਏ, ਰਿਸ਼ਤੇਦਾਰ ਵੀ ਬੜੇ ਬਣਾਏ, ਪਰ ਇਹ ਦੁਨਿਆਵੀ ਮਿੱਤਰ ਅਤੇ ਰਿਸ਼ਤੇਦਾਰ ਉਹਨਾਂ ਚਿਰ ਤੇਰੇ ਨਾਲ ਨੇ ਜਿੰਨਾ ਚਿਰ ਤੂੰ ਸੁਖੀ ਹੈ। ਤੇਰੇ ਕੋਲ ਚਾਰ ਕੋਈ ਧਨ ਦੇ ਪੈਸੇ ਨੇ, ਉਹਨਾਂ ਚਿਰ ਰਿਸ਼ਤੇਦਾਰ ਮਿੱਤਰ ਸਭ ਤੇਰੇ। ਜਿੱਦਣ ਤੇਰੇ 'ਤੇ ਕੋਈ ਬਿਪਤਾ ਪਈ, ਸਾਰਿਆਂ ਨੇ ਛੱਡ ਕੇ ਪਰੇ ਹੋ ਜਾਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਦੁਨੀਆਂ ਦੇ ਮਿੱਤਰ ਤਾਂ ਬੜੇ ਸਨ, ਰਿਸ਼ਤੇਦਾਰ ਵੀ ਬੜੇ ਸਨ, ਪਰ ਕੀ ਕਰੀਏ, ਇਹ ਸਭ ਮਤਲਬ ਦੇ ਪ੍ਰਯੋਜਨ ਦੇ ਨੇ। ਕਿਰਪਾ ਕਰੋ ਸਾਡੇ 'ਤੇ, ਤੁਸੀਂ ਸਾਡੇ ਮਿੱਤਰ ਬਣ ਜਾਓ, ਪਰਮਾਤਮਾ ਨੂੰ ਸਾਡਾ ਮਿੱਤਰ ਬਣਾ ਦੇਣਾ ਕਰੋ। ਮੇਰਾ ਪਿਤਾ ਮਾਤਾ ਹਰ ਸਿਖਾਇਆ। ਮੇਰੇ ਮਾਤਾ ਪਿਤਾ ਸਤਿਗੁਰੂ ਤੁਸੀਂ ਹੀ ਹੋ, ਅਤੇ ਮੇਰੇ 'ਤੇ ਸਹਾਇਤਾ ਕਰੋ, ਜਿਵੇਂ ਆਪਣੇ ਬੱਚੇ ਦੀ ਸਹਾਇਤਾ ਕਰਦੇ ਨਾ ਮਾਤਾ ਪਿਤਾ, ਦਿਨੇ ਰਾਤ ਸੇਵਾ ਵਿੱਚ ਲੱਗੇ ਰਹਿੰਦੇ, ਹਰ ਔਕੜ ਦੇ ਵਿੱਚ ਨਾਲ ਜਾ ਕੇ ਖੜ ਜਾਂਦੇ, ਜਿਵੇਂ ਮਾਂ ਬਾਪ ਆਪਣੇ ਬੱਚੇ ਦੀ ਸਹਾਇਤਾ ਕਰਦਾ, ਸਤਿਗੁਰੂ ਤੁਸੀਂ ਸਾਡੇ ਮਾਂ ਬਾਪ ਹੀ ਹੋ, ਸਾਡੇ 'ਤੇ ਕਿਰਪਾ ਕਰਕੇ ਸਹਾਇਤਾ ਕਰੋ। ਮੇਰੇ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੇ ਮਾਇਆ, ਮਾਇਆ ਤੋਂ ਭਾਵ ਹੈ ਗੁਰਮੁਖੋ ਮਾਤਾ, ਮਾਤਾ ਕਹੀਏ ਮਾਂ। ਸਤਿਗੁਰੂ ਕਹਿਣ ਲੱਗੇ, ਹੇ ਮਾਂ ਸਰੂਪ ਸਤਿਗੁਰੂ, ਕਿਉਂਕਿ ਗੁਰੂ ਮਾਂ ਵੀ ਹੈ ਅਤੇ ਗੁਰੂ ਬਾਪ ਵੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਸਤਿਗੁਰੂ ਮਾਂ ਦੇ ਵਾਂਗ ਵੀ ਲਾਡ ਕਰਦੇ ਅਤੇ ਪਿਤਾ ਦੇ ਵਾਂਗ ਵੀ ਸਨੇਹ ਕਰਦੇ, ਪਿਆਰ ਕਰਦੇ, ਐਸਾ ਪਿਆਰ ਹੈ ਗੁਰਾਂ ਦੇ ਨਾਲ ਸਿੱਖ ਦਾ। ਮਹਾਰਾਜ ਕਹਿਣ ਲੱਗੇ, ਹੇ ਸਤਿਗੁਰੂ, ਆਪ ਜੀ ਮੇਰੇ ਮਾਤਾ ਰੂਪ ਹੋ, ਮੇਰੀ ਮਾਂ ਦਾ ਰੂਪ ਆਪ ਹੀ ਹੋ, ਅਤੇ ਮੇਰੇ 'ਤੇ ਕਿਰਪਾ ਇਹ ਕਰੋ ਵੀ ਇੱਕ ਖਿਨ ਪ੍ਰਾਣ ਰਹੇ ਬਿਨ ਪ੍ਰੀਤਮ, ਪਰਮਾਤਮਾ ਨੂੰ ਵੇਖੇ ਤੋਂ ਬਿਨਾਂ ਮੇਰੀ ਜਾਨ ਨਹੀਂ ਬਚਦੀ ਹੈ, ਮੇਰੇ ਪ੍ਰਾਣ ਰਹਿੰਦੇ ਨਹੀਂ। ਜੇ ਪ੍ਰਾਣ ਨਹੀਂ ਰਹਿੰਦੇ ਹਨ ਤਾਂ ਫਿਰ ਮੇਰੇ 'ਤੇ ਕਿਰਪਾ ਕਰੋ, ਬਿਨ ਦੇਖੇ ਮਰਹੇ ਮੇਰੀ ਮਾਇਆ। ਸਤਿਗੁਰੂ, ਪਰਮਾਤਮਾ ਨੂੰ ਦਰਸ਼ਨ ਕੀਤੇ ਤੋਂ ਬਿਨਾਂ ਤਾਂ ਮੇਰੇ ਪ੍ਰਾਣ ਨਿਕਲ ਜਾਣਗੇ, ਅਤੇ ਕਿਰਪਾ ਕਰਕੇ ਮੈਨੂੰ ਉਹਦੇ ਦਿਦਾਰੇ ਕਰਾਉਣਾ ਕਰੋ। ਧੰਨ ਧੰਨ ਵਡਭਾਗ ਗੁਰ ਸਰਣੀ ਆਏ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਨੇ ਭਾਈ, ਉਹ ਵੱਡਿਆਂ ਭਾਗਾਂ ਵਾਲੇ, ਵੱਡਿਆਂ ਭਾਗਾਂ ਵਾਲੇ ਉਹ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ। ਐਸੀਆਂ ਬਖਸ਼ਿਸ਼ਾਂ ਜਿਨ੍ਹਾਂ 'ਤੇ ਹੋਈਆਂ ਉਹ ਗੁਰਮੁਖ ਵੱਡਿਆਂ ਭਾਗਾਂ ਵਾਲੇ ਹਨ। ਹਰ ਗੁਰ ਮਿਲ ਦਰਸ਼ਨ ਪਾਇਆ। ਤੇ ਜਿਸ ਵੇਲੇ ਗੁਰਮੁਖੋ ਗੁਰੂ ਦੇ ਨਾਲ ਆ ਕੇ ਮਿਲੇ ਤੇ ਫਿਰ ਪਰਮਾਤਮਾ ਦੇ ਦਰਸ਼ਨ ਹੋ ਗਏ। ਹੁਣ ਸਵਾਲ ਇਹ ਹੈ ਵੀ ਪਰਮਾਤਮਾ ਦੇ ਦਰਸ਼ਨ ਕਦੋਂ ਹੋਣ? ਮਹਾਰਾਜ ਕਹਿਣ ਲੱਗੇ, ਦਰਸ਼ਨ ਉਦੋਂ ਹੋਣਗੇ ਜਦੋਂ ਗੁਰੂ ਦੇ ਨਾਲ ਮਿਲੇਗਾ, ਅਤੇ ਗੁਰੂ ਦੇ ਨਾਲ ਮਿਲ ਕੇ ਗੁਰੂ ਦਾ ਦੱਸਿਆ ਹੋਇਆ ਰਸਤਾ ਅਪਣਾ ਕੇ ਭੈ ਭਾਵਨੀ ਵਿੱਚ ਰਹਿ ਕੇ ਉਪਦੇਸ਼ ਦੀ ਕਮਾਈ ਕਰੇਗਾ, ਤੇ ਫਿਰ ਉਹ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ। ਮੈਂ ਅਵਰ ਨਾ ਕੋਈ ਸੂਝੈ ਬੂਝੈ। ਸਤਿਗੁਰੂ ਪਾਤਸ਼ਾਹ ਜੀ, ਤੁਹਾਡੇ ਬਿਨਾਂ ਸੂਝੈ ਕਹੀਏ ਕਿ ਮੈਨੂੰ ਕੋਈ ਨਿਗਾਹ ਨਹੀਂ ਆਉਂਦਾ ਹੈ, ਤੁਹਾਡੇ ਬਿਨਾਂ ਕੋਈ ਮਦਦਗਾਰ ਹੈ ਨਹੀਂ। ਮੈਂ ਬਥੇਰੇ ਵੇਖੇ ਦੁਨੀਆਂ ਵਿੱਚ, ਪਰ ਪਰਮਾਤਮਾ ਦੀ ਪ੍ਰਾਪਤੀ ਦੀ ਜਿਹੜੀ ਮਦਦ ਕਰਨੀ ਹੈ ਉਹ ਗੁਰੂ ਤੋਂ ਬਿਨਾਂ ਕੋਈ ਕਰ ਨਹੀਂ ਸਕਦਾ ਹੈ। ਬੜੇ ਦੁਨੀਆਂ ਵਿੱਚ, ਸੰਸਾਰ ਵਿੱਚ ਪਖੰਡੀ ਗੁਰੂ ਵੀ ਹਨ, ਪਰ ਮਹਾਰਾਜ ਮੈਂ ਇਹ ਗੱਲ ਜਾਣ ਲਈ ਆਪਣੇ ਜੀਵਨ ਦੇ ਵਿੱਚ ਵੀ ਤੁਹਾਡੇ ਬਿਨਾਂ ਕੋਈ ਹੈ ਨਹੀਂ, ਮੇਰੀ ਨਿਗਾਹ ਵਿੱਚ ਕੋਈ ਨਹੀਂ ਆਉਂਦਾ ਹੈ, ਮੈਨੂੰ ਕਿਰਪਾ ਕਰੋ, ਮੈਂ ਅਵਰ ਨਾ ਸੂਝੈ, ਮੈਨੂੰ ਕੋਈ ਨਿਗਾਹ ਹੀ ਨਹੀਂ ਆਉਂਦਾ ਵੀ ਜਿਹਦੇ ਕੋਲ ਜਾ ਕੇ ਆਪਣਾ ਦੁੱਖੜਾ ਕਵਾਂ।
ਭੱਟਾ ਨੇ ਤਾਂ ਹੀ ਆਖਿਆ ਨਾ, ਮਹਾਰਾਜ ਸਾਹਿਬ ਜੀ ਸਾਰੀ ਦੁਨੀਆ ਫਿਰ ਕੇ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਕਿਉਂਕਿ ਤੁਹਾਡੇ ਵਰਗਾ ਕੋਈ ਹੈ ਨਹੀਂ। ਜਦੋਂ ਤੁਹਾਡੇ ਵਰਗਾ ਕੋਈ ਹੈ ਨਹੀਂ ਤਾਂ ਬੁੱਝਿਆ, ਫਿਰ ਪੁੱਛੀਏ ਕਿਹਨੂੰ? ਪੁੱਛੀਏ ਤਾਂ ਉਹਨੂੰ ਨਾ ਜਿਹਨੂੰ ਆਪ ਨੂੰ ਜਾਣਕਾਰੀ ਹੋਵੇ, ਅਤੇ ਜਿਹਨੂੰ ਆਪ ਨੂੰ ਹੀ ਨਹੀਂ ਪਤਾ ਉਹਨੂੰ ਕੀ ਪੁੱਛਣਾ ਹੈ। ਅਸੀਂ ਰਸਤੇ 'ਤੇ ਜਾਂਦੇ ਹਾਂ, ਕੋਈ ਵਿਅਕਤੀ ਮਿਲ ਗਿਆ, ਅਸੀਂ ਉਹਨੂੰ ਰਾਹ ਪੁੱਛਿਆ ਅਤੇ ਉਹ ਕਹਿੰਦਾ ਮੈਂ ਤਾਂ ਆਪ ਨਵਾਂ ਆਇਆ, ਮੈਨੂੰ ਤਾਂ ਪਤਾ ਹੀ ਨਹੀਂ। ਜਦੋਂ ਉਹਨੇ ਇਹ ਗੱਲ ਕਹਿ ਦਿੱਤੀ ਨਾ ਵੀ ਮੈਂ ਨਵਾਂ ਆਇਆ ਮੈਨੂੰ ਨਹੀਂ ਪਤਾ, ਤਾਂ ਅਸੀਂ ਦੂਜੀ ਵਾਰੀ ਫਿਰ ਉਹਨੂੰ ਨਹੀਂ ਪੁੱਛਦੇ, ਉਹਨੂੰ ਜ਼ਰੂਰ ਪੁੱਛਾਂਗੇ ਜਿਹੜਾ ਕਹੇਗਾ ਵੀ ਹਾਂ ਮੈਨੂੰ ਸਾਰਾ ਪਤਾ, ਜੋ ਪੁੱਛੋਗੇ ਮੈਂ ਦੱਸਾਂਗਾ, ਫਿਰ ਉਹਨੂੰ ਪੁੱਛੀਦਾ। ਮਹਾਰਾਜ ਕਹਿਣ ਲੱਗੇ, ਸਤਿਗੁਰੂ ਤੁਹਾਡੇ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਵੀ ਜਿਹਨੂੰ ਜਾ ਕੇ ਪੁੱਛੀਏ, ਜਦੋਂ ਹੈ ਹੀ ਕੋਈ ਨਹੀਂ ਤਾਂ ਫਿਰ ਕਿਹਨੂੰ ਬੁੱਝਿਆ ਕਹੀਏ, ਪੁੱਛਣਾ ਕਿਹਨੂੰ ਕਰੀਏ? ਤੁਹਾਡੇ ਬਿਨਾਂ ਤਾਂ ਫਿਰ ਕਿਸੇ ਨੂੰ ਅਸੀਂ ਪੁੱਛਦੇ ਨਹੀਂ। ਹਾਂ, ਮਨ ਹਰ ਜਪ ਜਪੋ ਜਪਾਇਆ, ਇਸ ਕਰਕੇ ਸਤਿਗੁਰੂ ਮਨ ਵਿੱਚ ਗੁਰਾਂ ਦਾ ਜਪਾਇਆ ਹੋਇਆ ਹਰੀ ਦਾ ਨਾਮ ਜਪਿਆ ਜਾਂਦਾ, ਜੇ ਸਤਿਗੁਰੂ ਕਿਰਪਾ ਕਰਨ ਤੇ ਤਾਂ ਨਾਮ ਜਪਿਆ ਜਾਂਦਾ ਹੈ। ਨਾਮ ਹੀਣ ਫਿਰੈ ਸੇ ਨਕਟੇ, ਜਿਹੜੇ ਨਾਮ ਤੋਂ ਹੀਣੇ ਨੇ, ਨਾਮ ਤੋਂ ਖਾਲੀ ਨੇ, ਨਾਮ ਨਹੀਂ ਜਪਣਾ ਚਾਹੁੰਦੇ, ਨਾਮ ਨਹੀਂ ਜਪਦੇ, ਸੇ ਫਿਰੇ ਨਕਟੇ, ਨਕਟੇ ਤੋਂ ਭਾਵ ਹੁੰਦਾ ਨੱਕ ਕੱਟੇ ਵਾਲੇ। ਦੁਨੀਆਂ ਵਿੱਚ ਕੋਈ ਮਾੜਾ ਕਰਮ ਕਰੇ ਤਾਂ ਆਪਾਂ ਆਖਦੇ ਤੂੰ ਨੱਕ ਵਢਾ ਦਿੱਤਾ ਹੈ, ਭਾਵ ਇਹ ਹੈ ਵੀ ਤੂੰ ਬਦਨਾਮੀ ਕਰਾਤੀ ਹੈ, ਬੇਇੱਜ਼ਤੀ ਕਰਾਤੀ ਹੈ। ਨੱਕ ਵਢਾਉਣਾ ਬਦਨਾਮੀ ਕਰਾਉਣੀ, ਬੇਇੱਜ਼ਤੀ ਕਰਾਉਣੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹਨੇ ਨਾਮ ਨਹੀਂ ਨਾ ਜਪਿਆ, ਨਾਮ ਤੋਂ ਹੀਣਾ, ਉਹਦਾ ਵੀ ਨੱਕ ਵੱਢਿਆ ਹੋਇਆ। ਕਿਹੜਾ ਨੱਕ ਵੱਢਿਆ? ਜਸ ਰੂਪੀ ਨੱਕ ਵੱਢਿਆ। ਜਸ ਨਹੀਂ ਉਹਦਾ ਨਾ ਲੋਕ ਦੇ ਵਿੱਚ ਅਤੇ ਨਾ ਪਰਲੋਕ ਦੇ ਵਿੱਚ, ਲੋਕ ਪਰਲੋਕ ਦੇ ਵਿੱਚ ਉਹਦਾ ਜਸ ਨਹੀਂ ਹੋਵੇਗਾ, ਜਸ ਨਾ ਹੋਣਾ, ਇਹਦੀ ਇੱਕ ਨੱਕ ਵੱਢਿਆ ਹੋਇਆ। ਨਾਮ ਹੀਣ ਫਿਰ ਹੈ ਨਕਟੇ, ਪਾਤਸ਼ਾਹ ਕਹਿਣ ਲੱਗੇ ਜਿਹੜੇ ਨਾਮ ਤੋਂ ਹੀਣੇ ਨੇ, ਉਹ ਜਿਹੜੇ ਵਿਅਕਤੀ ਨੇ ਕੱਟੇ ਨੱਕ ਵਾਲੇ, ਭਾਵ ਕਿ ਜਸ ਉਹਨਾਂ ਦਾ ਨਹੀਂ ਹੈ, ਜਸ ਤੋਂ ਖਾਲੀ ਹਨ। ਘਸ ਘਸ ਨੱਕ ਵਢਾਇਆ, ਅਤੇ ਨੱਕ ਵਢਾਉਣਾ ਉਹਨਾਂ ਨੇ ਘਸ ਘਸ ਕੇ, ਭਾਵ ਕਿ ਰਗੜ ਰਗੜ ਕੇ, ਫੇਰ ਫੇਰ ਕੇ ਉੱਤੇ ਛੁਰੀ 'ਤੇ ਫਿਰ ਨੱਕ ਵਢਾਇਆ ਹੈ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਨੇ ਨੱਕ ਕੀ ਵਢਾਇਆ? ਜਿਹੜੇ ਧਰਮਰਾਜ ਦੇ ਦੂਤ ਨੇ ਨਾ, ਉਹਨਾਂ ਦੇ ਕੋਲੋਂ ਰਗੜ ਰਗੜ ਕੇ, ਭਾਵ ਕਿ ਸ਼ਰਮਿੰਦਿਆਂ ਹੋ ਕੇ, ਨੱਕ ਨੂੰ ਵੱਢਣਾ ਨਾ ਰਗੜ ਕੇ ਹੌਲੀ ਹੌਲੀ, ਇਹ ਕੀ ਨੱਕ ਵਢਾਇਆ? ਜਿਹੜੇ ਧਰਮ ਰਾਜੇ ਦੇ ਦੂਤ ਸ਼ਰਮਿੰਦਿਆਂ ਕਰਦੇ, ਤੂੰ ਫਲਾਣੇ ਸਮੇਂ ਆਹ ਕੰਮ ਕੀਤਾ ਸੀ ਪਾਪ ਵਾਲਾ, ਉਦੋਂ ਆਪਣਾ ਕਰਮ ਚੇਤੇ ਕਰਕੇ ਫਿਰ ਸ਼ਰਮ ਆਵੇਗੀ, ਦੂਜਾ ਫਿਰ ਕੰਮ ਚੇਤੇ ਕਰਾਇਆ ਜਾਏਗਾ, ਫਲਾਣੇ ਦਿਨ ਤੂੰ ਆਹ ਮਾੜਾ ਕਰਮ ਕੀਤਾ ਸੀ ਫਿਰ ਸ਼ਰਮ ਆਵੇਗੀ, ਫਲਾਣੇ ਸਾਲ ਤੂੰ ਆਹ ਮਾੜਾ ਕੰਮ ਕੀਤਾ ਸੀ ਫਿਰ ਸ਼ਰਮ ਆਵੇਗੀ। ਧਰਮ ਰਾਜ ਦੇ ਦੂਤ ਵਾਰ ਵਾਰ ਸ਼ਰਮਿੰਦਿਆਂ ਕਰਨਗੇ, ਉੱਥੇ ਸ਼ਰਮਸਾਰ ਹੋਣਾ ਪਵੇਗਾ। ਮਹਾਰਾਜ ਨੇ ਬਚਨ ਲਿਖਿਆ ਨਾ, ਤਿੰਨ ਘਸ ਘਸ ਨੱਕ ਵਢਾਇਆ, ਘਸ ਘਸ ਤੋਂ ਭਾਵ ਹੁੰਦਾ ਰਗੜ ਰਗੜ ਕੇ, ਅਤੇ ਰਗੜਨਾ ਕੀ ਹੈ? ਜਿਹੜਾ ਵਾਰ ਵਾਰ ਸ਼ਰਮਿੰਦਿਆਂ ਕਰਨਾ ਹੈ, ਗੁਨਾਹ ਵਿਖਾ ਵਿਖਾ ਕੇ, ਆਹ ਤੇਰੇ ਔਗਣ ਨੇ, ਆਹ ਤੇਰੇ ਔਗਣ ਨੇ, ਤੂੰ ਆਹ ਮਾੜਾ ਕਰਮ ਕੀਤਾ, ਇਹ ਉਹਨਾਂ ਨੇ ਆਪਣਾ ਨੱਕ ਵਢਾਇਆ ਹੈ। ਮੋਕੋ ਜਗ ਜੀਵਨ ਜਵਾਲ ਲੈ ਸਵਾਮੀ, ਇਹ ਜਗਤ ਨੂੰ ਜੀਵਨ ਦੇਣ ਵਾਲੇ ਸਵਾਮੀ ਮੈਨੂੰ ਜਵਾਲ ਲੈਣਾ ਕਰੋ, ਮੈਨੂੰ ਜ਼ਿੰਦਗੀ ਬਖਸ਼ਿਸ਼ ਕਰੋ। ਹਿਰਦੇ ਅੰਤਰ ਨਾਮ ਵਸਾਇਆ, ਮੇਰੇ ਰਿੱਧ ਕਹੀਏ ਹਿਰਦੇ ਦੇ ਵਿੱਚ ਆਪਣਾ ਨਾਮ ਜਿਹੜਾ ਉਹ ਵਸਾ ਦੇਣਾ ਕਰੋ। ਨਾਨਕ ਗੁਰੂ ਗੁਰੂ ਹੈ ਪੂਰਾ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੋ ਨਾਮ ਹਨੇਰੇ ਦਾ ਹੈ, ਗੁਰਮੁਖੋ ਰੂਹ ਨਾਮ ਪ੍ਰਕਾਸ਼ ਦਾ ਹੈ। ਜੋ ਮਨ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਰੂਹ ਕਹੀਏ ਗਿਆਨ ਦਾ ਪ੍ਰਕਾਸ਼ ਕਰੇ, ਐਸੀ ਜੋ ਕਿਰਪਾ ਕਰਨ ਵਾਲਾ ਉਹ ਪੂਰਾ ਗੁਰੂ ਹੈ। ਨਾਨਕ ਗੁਰੂ ਗੁਰੂ ਹੈ ਪੂਰਾ, ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰੇ, ਐਸਾ ਪੂਰਾ ਗੁਰੂ ਹੈ। ਸਤਿਗੁਰ ਨਾਮ ਧਿਆਇਆ, ਇਸ ਤਰ੍ਹਾਂ ਦੇ ਸਤਿਗੁਰਾਂ ਦੇ ਨਾਲ ਮਿਲ ਕੇ ਨਾਮ ਧਿਆਇਆ, ਨਾਮ ਜਪਿਆ ਤੇ ਅਸੀਂ ਸਫਲੇ ਹੋ ਗਏ। ਹਾਂ, ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੋ ਸਤਿਗੁਰੂ ਨੇ ਨਾ ਸਭ ਪਦਾਰਥਾਂ ਦੇ ਦਾਤੇ, ਸਭ ਪਦਾਰਥ ਕੋਈ ਵੀ ਮੰਗ ਲਈਏ, ਦੂਧ ਪੂਤ ਨੂਤ ਚਾਹੇ ਭਲੀ ਕਰ, ਤੂਤ ਚਾਹੇ ਆਰ ਜਾ ਰੋਕੋ, ਕੋਈ ਆਖਦਾ ਮੇਰੀ ਉਮਰਾਂ ਜਿਹੜੀ ਆ ਰੋਗ ਤੋਂ ਰਹਿਤ ਹੋ ਜਾਵੇ, ਕੋਈ ਦੁੱਧ ਦੀ ਦਾਤ ਮੰਗਦਾ, ਕੋਈ ਧਨ ਦੀ ਦਾਤ ਮੰਗਦਾ, ਕੋਈ ਦੁਨੀਆਂ ਦੇ ਪਦਾਰਥ ਮੰਗਦਾ, ਅਤੇ ਕੋਈ ਜਾ ਕੇ ਮੁਕਤੀ ਵੀ ਮੰਗਦਾ ਹੈ।
ਤੇ ਮਹਾਰਾਜ ਕਹਿਣ ਲੱਗੇ ਸਤਿਗੁਰੂ ਸਭ ਪਦਾਰਥਾਂ ਦੇ ਦਾਤੇ ਅਤੇ ਵੱਡਿਆਂ ਤੋਂ ਵੱਡੇ ਨੇ। ਉਹਨਾਂ ਨੇ ਕਦੇ ਇਹ ਨਹੀਂ ਆਖਣਾ ਵੀ ਜੇ ਤੂੰ 100 ਰੁਪਈਆ ਮੰਗਿਆ ਤਾਂ ਨਹੀਂ 10 ਹੀ ਲੈ ਜਾ ਕਿਉਂਕਿ 90 ਮੇਰੇ ਕੋਲ ਹੈ ਨਹੀਂ। ਨਹੀਂ, ਵੱਡਿਆਂ ਤੋਂ ਵੱਡੇ ਨੇ, 100 ਮੰਗੇਗਾ ਲੱਖਾਂ ਮਿਲ ਜਾਣੇ, ਐਸੇ ਵੱਡੇ ਨੇ। ਕਦੇ ਉਹਨਾਂ ਨੇ ਇਹ ਨਹੀਂ ਆਖਿਆ ਵੀ ਆਹ ਦਾਤ ਹੈ ਨਹੀਂ ਹੈ, ਵੱਡਿਆਂ ਤੋਂ ਵੱਡੀ ਦਾਤ ਦਿੰਦੇ ਹਨ। ਜਿਤ ਮਿਲਿਆ ਹਰ ਉਰਤਾਰੇ, ਐਸੇ ਗੁਰੂ ਦੇ ਨਾਲ ਮਿਲ ਕੇ ਤੇ ਹਰੀ ਨੂੰ ਹਿਰਦੇ ਵਿੱਚ ਧਾਰਨ ਕਰਨਾ ਕਰੋ। ਜੀ ਦਾਨ ਗੁਰਪੂਰੇ ਦੀਆ, ਪੂਰਿਆਂ ਸਤਿਗੁਰਾਂ ਨੇ ਜੀਵਨ ਦਾ ਦਾਨ ਦਿੱਤਾ। ਗੁਰਮੁਖੋ, ਜੀਵਨ ਦਾ ਦਾਨ ਕੀ ਹੈ? ਨਾਮ ਹੀ ਹੈ। ਪੂਰਿਆਂ ਗੁਰਾਂ ਨੇ ਜੀਵਨ ਦਾਨ ਕੀ ਹੈ? ਨਾਮ ਦਾ ਦਾਨ ਬਖਸ਼ਿਆ ਹੈ। ਹਰਿ ਅੰਮ੍ਰਿਤ ਨਾਮ ਸੁਮਾਰੇ, ਅੰਮ੍ਰਿਤ ਰੂਪੀ ਹਰੀ ਦੇ ਨਾਮ ਨੂੰ ਭਾਈ ਸੰਭਾਲਣਾ ਕਰੀਏ, ਜਪਣਾ ਕਰੀਏ। ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਾਮ, ਰਾਮ ਤੋਂ ਭਾਵ ਹੈ ਹੇ ਭਾਈ। ਆਪਾਂ ਕਿਸੇ ਨੂੰ ਸੰਬੋਧਨ ਕਰਕੇ ਵਚਨ ਕਰੀਏ ਨਾ, ਨਾਮ ਲੈ ਕੇ ਉਹਦਾ, ਅਤੇ ਫਿਰ ਆਖੀਦਾ ਵੀ ਆਹ ਕਾਰਜ ਇਸ ਤਰ੍ਹਾਂ ਨਹੀਂ ਅਤੇ ਇਸ ਤਰ੍ਹਾਂ ਕਰ। ਇੱਥੇ ਬਚਨ ਬਖਸ਼ਿਸ਼ ਕਰਦੇ ਪਏ, ਰਾਮ ਹੇ ਭਾਈ, ਹੇ ਗੁਰਮੁਖੋ, ਸੁਣੋ ਬਚਨ ਧਿਆਨ ਦੇ ਨਾਲ। ਅਤੇ ਮਹਾਰਾਜ ਕੀ ਬਚਨ ਸੁਣੀਏ? ਕਹਿਣ ਲੱਗੇ ਗੁਰ, ਗੁਰਾਂ ਦੇ ਦੁਆਰੇ ਜਾ ਕੇ, ਗੁਰਾਂ ਦੇ ਕੋਲ ਜਾ ਕੇ, ਗੁਰਾਂ ਦੀ ਸ਼ਰਨ ਵਿੱਚ ਜਾ ਕੇ, ਹਰ ਹਰ ਜੋ ਪਰਮੇਸ਼ਰ ਦਾ ਨਾਮ ਹੈ ਉਸਨੂੰ ਕੰਠ ਦੇ ਵਿੱਚ ਧਾਰਨ ਕਰ, ਗਲੇ ਵਿੱਚ ਧਾਰਨ ਕਰ। ਤੇਰੇ ਗਲੇ ਵਿੱਚੋਂ ਜਦੋਂ ਆਵਾਜ਼ ਆਵੇ ਬਸ ਇਹ ਆਵਾਜ਼ ਆਵੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਤੇਰੇ ਗਲੇ ਵਿੱਚੋਂ ਆਵਾਜ਼ ਨਿਕਲੇ, ਐਸੀ ਗੁਰੂ ਤੋਂ ਕਿਰਪਾ ਕਰਵਾਉਣਾ ਕਰ। ਗੁਰਮੁਖ ਕਥਾ ਸੁਣੀ ਮਨ ਭਾਈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਮੁਖੀ ਗੁਰਾਂ ਨੇ ਦਾਤ ਕਿਰਪਾ ਬਖਸ਼ਿਸ਼ ਕੀਤੀ ਹੈ ਤੇ ਉਸ ਵੇਲੇ ਗੁਰਾਂ ਦੁਆਰੇ ਕਥਾ ਸਰਵਣ ਕੀਤੀ ਹੈ। ਗੁਰਮੁਖੋ, ਕਾ ਨਾਮ ਸਰੂਪ ਦਾ ਹੈ ਤੇ ਥਾ ਨਾਮ ਹੈ ਜਗ੍ਹਾ ਦਾ, ਜਿੱਥੇ ਸਰੂਪ ਦੀ ਵਿਚਾਰ ਹੋਵੇ, ਪਰਮਾਤਮਾ ਦੇ ਸਰੂਪ ਦੀ ਗੱਲ ਹੋਵੇ ਉਸਨੂੰ ਕਥਾ ਆਖਿਆ ਜਾਂਦਾ ਹੈ। ਸੁਨਹਾਰ ਕਥਾ ਉਤਾਰੀ ਮੈਲ, ਜਿੱਥੇ ਪਰਮਾਤਮਾ ਦੇ ਸਰੂਪ ਦੀ ਵਿਚਾਰ ਹੁੰਦੀ ਹੈ, ਪਰਮਾਤਮਾ ਦੀ ਸਿਫਤ ਸੁਣ ਕੇ ਮਨ ਦੀ ਮੈਲ ਉਤਰ ਗਈ ਹੈ। ਮਹਾਰਾਜ ਕਹਿਣ ਲੱਗੇ ਗੁਰਮੁਖ ਕਥਾ ਸੁਣੀ ਮਨ ਭਾਈ, ਜਿਸ ਵੇਲੇ ਗੁਰਾਂ ਦੁਆਰੇ ਪਰਮੇਸ਼ਰ ਦੀ ਕਥਾ ਸੁਣੀ ਹੈ, ਪਰਮੇਸ਼ਰ ਦਾ ਜੀਵਨ ਸੁਣਿਆ, ਉਹਦੀਆਂ ਬਖਸ਼ਿਸ਼ਾਂ ਸੁਣੀਆਂ ਤੇ ਮਨ ਨੂੰ ਭਾ ਗਈਆਂ ਹਨ। ਧੰਨ ਧੰਨ ਵਡ ਭਾਗ ਹਮਾਰੇ, ਇਸ ਕਰਕੇ ਭਾਈ ਸਾਡੇ ਵੱਡੇ ਭਾਗ ਨੇ, ਮਨ ਕਰਕੇ ਵੱਡੇ ਹਾਂ, ਬਾਣੀ ਕਰਕੇ ਵੱਡੇ ਹਾਂ। ਐਸੀ ਵੱਡਿਆਂ ਭਾਗਾਂ ਦੀ ਦਾਤ ਸਤਿਗੁਰਾਂ ਦੇ ਕੋਲੋਂ ਮਿਲੀ ਹੈ। ਕੋਟ ਕੋਟ ਤੇਤੀਸ ਧਿਆਵਾ, ਤਾਂ ਕਾ ਅੰਤ ਨਾ ਪਾਵੇ ਪਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ 33 ਕਰੋੜ ਦੇਵਤੇ ਨੇ, ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਇਹ ਬਚਨ ਲਿਖਿਆ ਵੀ 33 ਕਰੋੜ ਦੇਵੀ ਦੇਵਤੇ ਨੇ। ਕਹਿਣ ਲੱਗੇ ਉਹ 33 ਕਰੋੜ ਦੇਵਤੇ ਕੋਟ ਧਿਆਵੇ, ਕਰੋੜਾਂ ਵਾਰੀ ਧਿਆਉਂਦੇ ਪਏ, ਇਹ ਨਹੀਂ ਵੀ ਇੱਕ ਵਾਰੀ ਧਿਆਉਂਦੇ। 33 ਕਰੋੜ ਦੇਵਤੇ ਕਰੋੜਾਂ ਵਾਰੀ ਪਰਮਾਤਮਾ ਦੇ ਨਾਮ ਨੂੰ, ਉਹਦੇ ਸਿਮਰਨ ਨੂੰ, ਉਹਨੂੰ ਯਾਦ ਕਰਨ ਵਾਸਤੇ ਉਸ ਨੂੰ ਧਿਆਉਂਦੇ ਹਨ, ਫਿਰ ਬਖਸ਼ਿਸ਼ ਕਰਦੇ ਹਨ। ਕੋਟ ਕੋਟ 33 ਧਿਆਵਾ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ 33 ਕਰੋੜ ਦੇਵਤੇ ਕਰੋੜਾਂ ਵਿਧੀਆਂ ਦੇ ਨਾਲ ਉਸਨੂੰ ਧਿਆਉਂਦੇ ਨੇ। ਕੋਈ ਵਿਧੀ ਇਹ ਰੱਖਦਾ, ਕੋਈ ਵਿਧੀ ਉਹ ਰੱਖਦਾ, ਕੋਈ ਆਖਦਾ ਵੀ ਦਿਨ ਇਹ ਹੋਣਾ ਚਾਹੀਦਾ, ਕੋਈ ਆਖਦਾ ਦਿਨ ਦਾ ਸਮਾਂ ਇਹ ਹੋਣਾ ਚਾਹੀਦਾ, ਕੋਈ ਸਵੇਰੇ ਜਪਣ ਵਾਸਤੇ ਆਖਦਾ, ਕੋਈ ਆਖਦਾ ਇਸ ਦਿਸ਼ਾ ਵੱਲ ਮੂੰਹ ਕਰਕੇ ਜਪੋ, ਕੋਈ ਆਖਦਾ ਇਹ ਪ੍ਰਸ਼ਾਦ ਰੱਖ ਕੇ ਜਪੋ, ਕੋਈ ਆਖਦਾ ਪਾਣੀ ਵਿੱਚ ਬੈਠ ਕੇ ਜਪੋ, ਕੋਈ ਆਖਦਾ ਪਹਾੜ 'ਤੇ ਜਾ ਕੇ ਜਪੋ। ਇਸ ਤਰ੍ਹਾਂ ਕਰੋੜਾਂ ਦੇਵਤੇ ਜਿਹੜੇ ਨੇ ਕਰੋੜਾਂ ਹੀ ਵਿਧੀਆਂ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ। ਅੰਤ ਨਾ ਪਾਵੇ ਪਾਰੇ, ਪਰ ਉਸ ਦਾ ਅੰਤ ਪਾਰਾਵਾਰ ਕੋਈ ਨਹੀਂ ਹੈ। 33 ਕਰੋੜ ਦੇਵਤੇ ਇਹ ਨਹੀਂ ਕਹਿ ਸਕਦੇ ਵੀ ਅਸੀਂ ਅੰਤ ਪਾ ਲਿਆ ਹੈ। 33 ਕਰੋੜ ਦੇਵਤੇ ਇਹ ਨਹੀਂ ਕਹਿ ਸਕਦੇ ਵੀ ਕਰੋੜਾਂ ਵਿਧੀਆਂ ਅਸੀਂ ਲਾ ਲਈਆਂ ਨੇ ਅਤੇ ਉਹਨਾਂ ਵਿਧੀਆਂ ਦੇ ਨਾਲ ਅੰਤ ਪੈ ਗਿਆ। ਨਾ ਕਿਸੇ ਵਿਧੀ ਨਾਲ ਅੰਤ ਪੈਂਦਾ, ਨਾ ਕਿਸੇ ਦੇਵਤੇ ਦੀ ਨਾਮ ਜਪਣ ਨਾਲ ਉਸਦਾ ਅੰਤ ਨਹੀਂ ਪੈਂਦਾ ਹੈ। ਕਾਮ ਕੰਮ ਨਹੀਂ ਮੰਗਾ, ਮਹਾਰਾਜ ਤੋਂ ਪੁੱਛਿਆ ਸਤਿਗੁਰੂ ਅੰਤ ਕਿਉਂ ਨਹੀਂ ਪਾਉਂਦੇ? ਮਹਾਰਾਜ ਕਹਿਣ ਲੱਗੇ ਹਿਰਦੇ ਵਿੱਚ ਉਹ ਕੀ ਮੰਗਦੇ ਪਏ ਨੇ, ਕਾਮ ਕਹੀਏ ਕਾਮਨਾ ਮੰਗਦੇ ਪਏ। ਦੇਵਤੇ ਵੀ ਜੇ ਉਹਦੇ ਨਾਮ ਨੂੰ ਸਿਮਰਦੇ ਤਾਂ ਉਹ ਵੀ ਕਾਮਨਾ ਮੰਗਦੇ ਪਏ ਵੀ ਸਾਨੂੰ ਆਹ ਪਦਾਰਥ ਮਿਲੇ, ਸਾਨੂੰ ਆਹ ਵਸਤੂ ਮਿਲੇ। ਦੇਵਤੇ ਵੀ ਉਸਨੂੰ ਯਾਦ ਕਰਕੇ ਉਹਦੇ ਕੋਲੋਂ ਪਦਾਰਥ ਮੰਗਦੇ, ਜਿਵੇਂ ਭਾਈ ਲਹਿਣਾ ਸਾਹਿਬ ਜੀ ਦੇ ਜੀਵਨ ਦੀ ਸਾਖੀ ਆਪਾਂ ਸਰਵਣ ਕਰਦੇ ਨਾ ਧਰਮਸ਼ਾਲਾ ਦੇ ਬਾਹਰ,
करतारपुर साहब की धरती ते एक औरत झाड़ू दिंदी पी है, पुछया तुसी कौन हो? कहन लगे मैं वो देवी हाँ भाई लहना साहब जी जिदे तुसी दर्शन करन वास्ते चले सी। ते पुछया इत्थे की कर रहे हो? कहन लगे भी इत्थे असी झाड़ू दे के इत्थों बख्शिशां लैंदे हाँ ते फिर अगे जाके उन्हां बख्शिशां नूं वंड देंदे हाँ। महाराज कहन लगे हिरदा काम कामनी मंगै, ये देवते भी अपने मन दे विच काम कई पदार्थां नूं मंगदे ने भी आ पदार्थ मिले आ पदार्थ मिले। जां आपां इस तरह कह लईए दुनिया दे लोक काम कई काम दे विच हो के विकारी भावना रख के ते कामनी मंगै है, कामनी कई विकार भोगन वास्ते दूजियां नूं मंगदे मंग रखदे, इस तरह की भावना रखते विकार भोगन वास्ते दूजिया की मंग रखते हैं। रिद मंग है हाथ पसारे, इसे तरह पदार्था नू मंगदे ने हाथ फैला फैला के, देवते भी आखदे भी आ रिधि मिल जावे आ सिधी मिल जावे, इन्हां रिधियां सिधियां दे नाल अगे असी होर लोगों नू कुछ दे सकीए। कहन लगे वो देवते भी हाथ पसार पसार के रिधियां सिधियां मंगदे पै, दुनिया दे लोग काम दे विच मस्त होए कामनियां मंगदे पै भी कामनियां मिल जाण ते असी अपनी बिरती जिहड़ी है विकार भावना दी उसनू पूरी करना करिए। हरदस जप जप वड्डा वडेरा, सतगुरु पातशाह कहन लगे हर परमात्मा दा जिहड़ा जस है जस करन रूपी जप नू जपना कर, उस दे जप नू जपना कर क्योंकि वह परमात्मा वड्या तो वड्डा है। गुरमुख रखो उर तारे, गुरां द्वारे उसनू उर कहिए हिरदे विच धारण करके रख जो परमात्मा वड्डा है ना, गुरु की कृपा नाल उसनू मन विच रखना करो। जे वड भाग होवे तां जपिया, सतगुरु पातशाह कहन लगे भाई वड्डे भाग हुंदे ने तां उहदा नाम जपिया जांदा है। सानू दुनिया विच कोई चीज़ मिल जावे असी आखदे वधाई होवे तू वड्डा होवे, ये वड्डे भाग ने। महाराज कहन लगे दुनिया के पदार्थ मिल जाने वड्डे भागा वाला नहीं, वड्डे भागा वाला वो है जिसने परमात्मा दे नाम नू जपया है, वड्डिया भागा वाला है। हर भवजल पार उतारे, जिन्हां ने नाम जपया वह भवजल कहिए संसार तो पार हो जाते हैं। हर जन निकट निकट हर जन है, सतगुरु पातशाह कहन लगे भाई हरी दे संत जना दे नेड़े परमात्मा है, जिहड़ा हरी है ना वह संत जना दे बिलकुल नेड़े है। भगत प्रहलाद ही कहिंदे ना मैनू सारिया थावां ते ही दिसदा पिया, वो सारे थावां ते है क्योंकि परमात्मा अपने जना दे गुरमुखां दे बिलकुल नेड़े है, ते जेड़े संत ने वो बिलकुल परमात्मा दे नेड़े ने, फर्क कोई नहीं है, परमात्मा संतां दे नेड़े है ते संत परमात्मा दे नेड़े हन। हर राखे कंठ जन धारे, वो परमात्मा अपने भगतां नूं कंठ कहिए गले नाल ला के रखदा, जिवें माँ लाड़ लड़ाउंदी है ना बच्चे दे नाल गल नाल लाउंदी, इस तरह वो परमात्मा अपने भगतां नूं संतां नूं गुरमुखां नूं अपने गल नाल ला के रखदा है, भाव के उन्हां दी हर वेले रखिया करदा है। नानक पिता माता है हर प्रभ, सतगुरु पातशाह कहन लगे वो परमात्मा भाई माता रूप भी है, वो परमात्मा पिता रूप है, ऐसा स्वामी मालक है। हम बारक हर प्रतपारे, असी ते उहदे बारक बच्चे हाँ, परमात्मा दे असी बच्चे हाँ ते वह साडा माता पिता है, माँ बाप दे वांग साडी रखिया करके पालदा है। राग राम कली महला पंजवा ਘਰ ਪਹਿਲਾ, ਰਾਮਕਲੀ ਰਾਗ ਦੇ ਅੰਦਰ ਇੱਥੋਂ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਆਪਾਂ ਸਰਵਨ ਕਰ ਰਹੇ ਹਾਂ। ਗੁਰੂ ਰਾਮਦਾਸ ਮਹਾਰਾਜ ਜੀਆਂ ਦੇ 6 ਸ਼ਬਦ ਆਏ ਨੇ ਜਿਹੜੇ ਆਪਾਂ ਕੱਲ੍ਹ ਵੀ ਸਰਵਨ ਕੀਤੇ, ਅੱਜ ਵੀ ਸਰਵਨ ਕਰ ਲਏ। ਹੁਣ ਇੱਥੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਹਿਲੇ ਘਰ ਦਾ ਇਹ ਬਚਨ ਬਖਸ਼ਿਸ਼ ਕਰਦੇ ਹਨ। ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਪਰਮਾਤਮਾ ਇੱਕ ਹੈ, ਗੁਰੂ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮਹਾਰਾਜ ਕਹਿਣ ਲੱਗੇ ਆ ਦੀਨਾਂ ਤੇ ਦਿਆਲਤਾ ਕਰਨ ਵਾਲੇ ਪਰਮਾਤਮਾ ਸਾਡੇ ਤੇ ਕਿਰਪਾ ਕਰੋ, ਕਿਰਪਾ ਕਰੋ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਸਤਿਗੁਰੂ ਮੇਰੇ ਗੁਣਾਂ ਦੀ ਜਾਂ ਅਵਗੁਣਾਂ ਦੀ ਵਿਚਾਰ ਕੋਈ ਨਾ ਕਰਿਓ। ਮੈਂ ਨਹੀਂ ਕਹਿੰਦਾ ਕਿ ਮੇਰੇ ਵਿੱਚ ਇੰਨੇ ਗੁਣ ਨੇ ਜਾਂ ਮੇਰੇ ਵਿੱਚ ਇੰਨੇ ਅਵਗੁਣ ਨੇ, ਜਾਂ ਮੈਂ ਇਹ ਨਹੀਂ ਕਹਿੰਦਾ ਵੀ ਗੁਣ ਅਤੇ ਅਵਗੁਣ ਮੇਰੇ ਵਿੱਚ ਬਰਾਬਰ ਹੀ ਨੇ, ਜੇ ਮੇਰੇ ਵਿੱਚ ਆਹ ਅਵਗੁਣ ਹੈ ਤਾਂ ਫਿਰ ਮੇਰੇ ਵਿੱਚ ਆਹ ਵੀ ਗੁਣ ਵੀ ਤਾਂ ਹੈ ਨਾ। ਮਹਾਰਾਜ ਨਹੀਂ, ਮੈਂ ਇਹ ਗੱਲ ਕਰਦਾ ਹੀ ਨਹੀਂ ਵੀ ਮੇਰੇ ਵਿੱਚ ਗੁਣ ਕਿੰਨੇ ਅਤੇ ਮੇਰੇ ਵਿੱਚ ਅਵਗੁਣ ਕਿੰਨੇ।
मैं ते अरदास करदा कृपा करहो दीन के दाते मेरा गुण अवगुण ना बिचारो कोई। मैं ते ये गल कहिंदा हाँ भी मेरे ते कृपा करो ना मेरे गुणा नू वेखो ना मेरे अवगुणा नू वेखो ये कृपा करो फिर बख्शिश कर दे कृपा करो दीन के दाते ऐ दीना ते दयालता करन वाले सतगुरु मेहरमत करना करो मेरा गुण अवगुण ना बिचारो कोई। सतगुरु मेरा गुण ना मेरे विच गुण कोई नहीं है की है मेरे विच अवगुण ही अवगुण मैं आपे ही मन लैंदा अपने गुनाह मेरे विच गुण कोई नहीं है। दूजा अर्थ विद्वाना ने यह कर दिता है मेरे विच गुण कोई नहीं सतगुरु मेरे विच अवगुण ही ने सारे भरे हुए मैं अवगुणा दा भरिया होया हाँ। माटी का क्या तोप है स्वामी जेता समुंद सागर नीर भरिया तेते अवगुण हमारे दया करो कुछ मेरे पाव डुबदे पत्थर तारे बेनती है तरला महाराज साडा तुहाडे चरणा दे अंदर भी असि अवगुणा दे भरे होए हाँ। माटी का क्या तोप है स्वामी महाराज मिट्टी का की धोना है कोई बंदा मिट्टी का टोकरा कट्ठा करके सुटे ते आखे हुण मैं मिट्टी धोन लगा ते पातशाह मिट्टी का की किसे ने धो देना है। मानस की गत यही जिन्नी वारी मिट्टी की कंध धोवेगा ना उन्नी वारी उस मिट्टी की कंध विचों मिट्टी निकलनी है तू ये मता सोच ली भी पानी साफ निकलेगा नहीं मिट्टी की कंध जिन्ना चिर मौजूद है उन्ना चिर धोंदया धोंदया उस विचों मिट्टी ही निकलनी है कदे भी वह मिट्टी का पानी साफ नहीं हो सकता। तो पातशाह जी मानो की गत यही मानस की गत यही बंदे का हाल भी बिल्कुल मिट्टी की कंध वर्गा ही है। मिट्टी की कंध वर्गा किवें है कि महाराज बंदा भी अवगुणा का भरिया होया जिमें मिट्टी की कंध विचों मिट्टी निकलती है बंदे दे विचों अवगुण निकलते प इन्हां अवगुणा नूं जिन्ने मर्जी धोते जाइए शरीर अवगुणा का इन्ना भरिया होया भी अवगुण नहीं खत्म होणगे। मिट्टी की कंध विचों मिट्टी नहीं खत्म होवेगी कंध खत्म हो जाएगी मिट्टी फिर भी उस तरह मैल है इस तरह गुरमुखो शरीर है शरीर भावें खत्म हो जाए पर महाराज मेरे अवगुण नहीं जे खत्म होने इन्ने अवगुण मैं किते गुनाह किते हो। पातशाह कहन लगे माटी का क्या धुप है स्वामी इस मिट्टी दे शरीर दा की धोना मिट्टी दा शरीर ते मिट्टी दी कंध वर्गा है महाराज जिवें मिट्टी दी कंध विचों मैल निकलदी है बिलकुल इसे तरह मेरे विच मैलां भरियां होईयां हन। मेरे मन सतगुर सेव सुख होई इस करके हे मेरे आ मना पूरे गुरु दी सेवा करेंगा सुख होणगे फिर सतगुरु तेरे अवगुण धो के तेनू शुद्ध कर देंदे हन। जो इच्छो हो सोई फल पावो जो भी इच्छा होवेगी ओ गुरु कोलों फल मिलदा है। जिहड़ी इच्छा रख के कोई आउंदा है वह पूरी हुंदी है इच्छा पूरक सर्ब सुख दाता हर जाके बस है काम तेना कोई भी इच्छा वह संगत विचों जरूर पूरी हुंदी है दुख ना व्यापा कोई फिर किसी तरह का दुख भी नहीं लगता है सारे दुख भी दूर हो जाते हैं। काचे पांडे साज नवाजे महाराज ये साडे शरीरां रूपी कच्चे भांडे ने ये शरीर कच्चा भांडा ही ना कहां बिसासा इस भांडे का इतनो को लागे ठनका घड़े नू माड़ी जी चोट लगे उस वेले टुट जांदा है शरीर भी कच्चे घड़े वर्गा ही है कोई पता नहीं कित्थे ठेडा लगना ते इहने डिग पैना ते इहने मुक जाना है। पातशाह कहन लगे काच गगरिया अंब मदरिया ये कच्चा घड़ा है जिवें कच्चे घड़े विच पानी पाया जांदा है पानी दा भरिया इसे तरह ये जिहड़ा शरीर है श्वासां दा भरिया होया पर विश्वास इहदा भी कोई नहीं है हुण घड़े विच पानी भरिया ना आपां आखदे पानी सुरक्षित पिया सुरक्षित कोई नहीं पिया है माड़ी जी चोट लग गई घड़ा टुट जाना पानी निकल जाना इसे तरह महाराज शरीर घड़ा है श्वासा नाल भरिया सी आखदे मेरी तो उम्र बड़ी लंबी है फलाने जोशी ने वेख्या भी तू नहीं मरदा 150 साल मैं तो बड़ी लंबी उम्र का मालक हाँ। पातशाह कहन लगे की भांडे का भरोसा करना भाई इतन को लग गया ठनका ये तो माड़ी जी चोट लगन की डेर है शरीर रूपी भांडा टुट जाना है काचे भांडे ये शरीर रूपी कच्चा भांडा है आप जी ने साजिया है बनाया किन्ने सतगुरु तुसी बनाया है
परमेश्वर ने शरीर रूपी भांडा बनाया है अंतर जोत समाई ते फिर एदे अंदर जोत रखी है परमात्मा ने एदे अंदर चेतन सत्ता रखी है शरीर बना के ना तो फिर चेतन सत्ता रख के इत्थे ही बस नहीं फिर निवाजे कहिए इसने वड्याया भी है परमात्मा ने कदे मां लाड करदी है कदे नानके करदे कदे दादके करदे कदे कोई चुक लैंदा बच्चे नूं कदे कोई खड़ौना दिंदा कदे कुछ खाण नूं दिंदा ये वड्याई दित्ती ना परमात्मा ने शरीर बना के फिर वड्याई भी दिंदा है कोई फुल्लां दे हार पाउंदा कोई पैसिआं दे हार पाउंदा कोई सरवारने करदा कोई कुछ करदा है ऐसियां वड्याईआं दिंदा दुनिया दे विच फिर किसे नूं नौकरी दी दात किसे नूं व्यापार दी दात किसे नूं धन दी दात दे के फिर दुनिया विच भी नवाजदा रहिंदा सलामा करवाउंदा रहिंदा उह परमात्मा ऐसा है कच्चे भांडे शरीर नूं साज के इहदे विच अपनी जोत रख के फिर इस शरीर दी उह निवाजे कहिए वड्याई भी करवाउंदा है ऐसियां तिरते बख्शिशां करदा है जैसा लिखत लिखिया तुर करते है भाई तुर तों करते अकाल पुरख ने जिस तरह दी लिखत लिखी है हम तैसी किरत कमाई सानू काम उसे तरह दे करना पैंदा जिस तरह दा कर्म लिखिया गया ना उह कर्म भोगना पवेगा कई वारी आखिए असी आखते मैं तो इन्ना कुछ करदा मेरे ते पल्ले कख पैंदा नहीं मेरा ते कुछ बनया नहीं परमात्मा मेरे नाल वैर करदा परमात्मा तेरे नाल कदे वैर नहीं कर सकदा तू ते परमात्मा दे वैर दे बराबर पहुँच भी नहीं सकदा परमात्मा तेरा वैरी नहीं तेरे वैरी तेरे कर्म ने और कर्म जिहड़े तू खुद कीते ने किसे ने नहीं कीते कलयुग ने आखिया सी ना कहन लगा मैं किसे दूजे की सज़ा किसे दूजे नूं नहीं देवांगा वख वख युगां दी विचार होई ना सतयुग ने आख्या मैं 100 गुणा फल दे के सारे देश नूं पाप दा फल भुगतावा करांगा ते पुण दा फल भी देवांगा त्रेते युग ने आख्या मैं 21 वारी फल देवांगा और पूरे शहर नूं फल भुगना पवेगा द्वापर युग कहन लगा मैं 4 गुणा फल देवांगा और पूरे परिवार नूं भुगना पवेगा कलयुग नूं पुछिया कलयुगा तू की करेंगा कहन लगा ना 4 गुणा दे ना 21 गुणा मैं ते बराबर ही रखांगा जे 10% पुन कीता ते 10% ही फल मिलेगा 40 नहीं देवांगा ते 10% जे पाप कीता ते उहदा फल भी 10% ही मिलेगा उधर भी नहीं वधन देवांगा और जिहड़ा बंदा करेगा मैं सज़ा उहनूं ही देवांगा उहदे परिवार नूं नहीं देवांगा ये मेरा नियम है कलयुग ने आख्या मेरा नियम यह है जिहड़ा कर्म करेगा उहनूं भुगना पवेगा उहदे दूजे तीजे चौथे पंजवें किसे रिश्तेदार नूं नहीं भुगना पवेगा पातशाह कहन लगे जे तेरे ते दुख आ गया ना तेरी किरत कमाई हुई है तेरा कमाया होया कर्म तेरे अगे आया उस तरह दे परमात्मा ने लेख पा दिते हन मन तन थाप किया सब अपना उस परमात्मा ने मन बना के तन बना के सारिया पदार्थां दे जिस जीव नूं वजिया है एहो आवन जाना एहो ही फिर आउण जाण दा कारण बन गया पहला शरीर बनाया फिर पदार्थ दिते हुण असी पदार्थ नूं फड़ के बैठ गए ते असी जम्मण मरण दे आउणे जाणे विच पए होए हां दिया सो चेतना वा जिस परमात्मा ने सानू सब कोई दिता सानू कदे नहीं उह चेते आउंदा जिन्हें दिता ना सारा कुछ उह कदे याद नहीं आउंदा है ओहे अंध लपटाना वो करके ये जीव अज्ञानी है ते लपटिया होया संसार दे पदार्थां विच डुबिया होया है जिन किया सोई प्रभ जाना जिस परमात्मा ने संसार पैदा किया उही जानदा है पाका महल अपारा जिहड़ा हली दा महल कहिए सरूप पारा वार तो रहत बेअंत है भगत करी हर के गुण गावा आप जी कृपा करो मैं तुहाडी भगती करां तुहाडे गुणा नूं गाउणा करां नानक दास तुम्हारा सतगुरु मैं तुहाडा दास हां मैं सेवक हां मेरे ते कृपा करो भी मैं तुहाडे गुणा नूं गाउंदा ही रवां ये बख्शिश करो भगत करी हर के गुण गावा तेरी भगती करके तेरे गुणा नूं गावा क्योंकि मैं आप जी दा दास हां सेवक हां ये सतगुरां ने अमृत वेले दा उपदेश बख्शिश कीता पुला चुकां दी माफी दे सज्जन असी सड़ियां साहिब सिओ मेलो जिन किया सोई प्रभ जाणै हर का महल अपारा भगत करी हर के गुण गावा नानक दास तुम्हारा वाहिगुरु जी का खालसा वाहिगुरु जी की फतेह।